ਦੇਖੋ ਇਹ ਲੇਲ ਕਲਾਂ ਤੋਂ ਚੁੱਪ ਬਾਬਾ ਚੁੱਪ ਸੜਕ ਬਖੋਰਾ ਕਲਾਂ ਨੂੰ ਜਾਂਦੀ ਹੈ ਤੇ ਇਸ ਪੁਲ ਕਰਕੇ ਬਹੁਤ ਵੱਡੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਬਣੀ ਹੋਈ ਸੀ ਇਹ ਪੁਲ ਨਾ ਹੋਣ ਕਰਕੇ ਇੱਥੇ ਬੱਸਾਂ ਦੀ ਆਵਾਜਾਈ ਵੀ ਬੰਦ ਹੋ ਗਈ ਸੀ ਕਈ ਦੁਰਘਟਨਾ ਵੀ ਹੋ ਗਈਆਂ ਸੀ ਸੋ ਇਹ ਬਹੁਤ ਵੱਡੀ ਜਾਇਜ਼ ਮੰਗ ਸੀ ਜਿਹੜੀ ਲੋਕਾਂ ਦੀ कि यह पुल छेती तो छेती बनाया जाए अज यह पुल है जरा 36 मीटर का लंबा 36 मीटर 36 मीटर लंबा तो 8.5 मीटर चौड़ा दूजे शब्दों के करीब 110 फुट का लंबा हो जूगा है तो 26-27 फुट यह चौड़ा जरा पुल है ये करीब 2 करोड़ रुपये की लागत के नाल यह बनन जा रहा है अज इसका जिन्हों कहना चाहिए शुरुआत कराई है सारे नगरां दे बखोरे दे भी लेल कलां दे बखोरा खुरद दे क्योंकि सारे पिंडां दा एक सांझा हो सी जे मोनक नूं जाणा तां भी इत्थों दी जांदे सी लोक बल्ले नूं जांदे तां भी कई लोक इधर दी जांदे सी सो ये सारे पिंडां दे लोक इत्थे हाजर ने ते 2 महीनों दे विच इह जिहड़ा है ये पुल बन के तैयार हो जूगा सो लोकां दे लई बहुत वड्डी सुविधा जिहड़ी है इह शुरू होण जा रही है लोकां दे खेत भी ने इधर इधरों मंडी है जिहड़ी लेल कलां पैंदी है इत्थों लोकां नूं अपनी फसल लिआउण दे विच भी दिक्कत आउंदी सी सो सारियां दिक्कतां दा हल इस पुल दे राहीं ਹੋਣ ਜਾ ਰਿਹਾ ਤੇ 2 ਮਹੀਨਿਆਂ ਦੇ ਵਿੱਚ ਪੁੱਲ ਤਿਆਰ ਇਸ ਡਰੇਨ ਤੇ ਜੀ 2 ਪੁੱਲ ਹੋਰ ਵੀ ਨੇ ਉਹ ਆਪਣੀ ਮਿਆਦ ਖਤਮ ਕਰ ਚੁੱਕੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਤੁਹਾਡਾ ਜਿਹੜੇ ਪੁੱਲ ਇੱਕ ਤਾਂ ਆਪਾਂ ਜਦੋਂ ਲਹਿਰੀ ਨੂੰ ਜਾਂਦੇ ਆ ਬੜਾ ਤੰਗ ਹੈ ਟੁੱਟਣ ਦੇ ਕਿਨਾਰੇ ਆਇਆ ਹੋਇਆ ਇਸ ਡਰੇਨ ਤੇ ਨਹੀਂ ਨਾ ਉਹ ਪਰਲੀ ਸੜਕ ਹਾਂਜੀ ਇਸੇ ਤੇ ਪਰਲੀ ਤੇ ਨਹੀਂ ਹਾਂ ਉਹ ਵੀ ਉਹ ਮੇਨ ਰੋਡ ਦੇ ਉੱਤੇ ਹੈ ਉਹਨਾਂ ਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਹੋਊਗਾ ਮੈਂ ਵਿਧਾਨ ਸਭਾ 'ਚ ਵੀ ਇਹ ਮੁੱਦਾ ਉਠਾਇਆ ਸੀ ਇੱਕ ਤਾਂ ਪੁੱਲ ਮਿਆਦ ਵੀ ਪੂਰੀ ਕਰ ਚੁੱਕਿਆ ਉਹ ਪੁੱਲ ਚੌੜਾ ਵੀ ਘੱਟ ਹੈ 10 ਫੁੱਟ ਚੌੜਾ ਅਤੇ ਉੱਥੇ ਮੋੜ ਵੀ ਪੈਂਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਪੁੱਲ ਸਾਰੇ ਪਾਸਿਓਂ ਖਤਰਨਾਕ ਹੈ ਮਿਆਦ ਵੀ ਲੰਘਾ ਲਈ ਮੋੜ ਵੀ ਹੋ ਗਿਆ ਉੱਤੇ ਅਤੇ ਚੌੜਾ ਵੀ ਘੱਟ ਹੈ ਅਕਸਰ ਦੁਰਘਟਨਾ ਵੀ ਉੱਥੇ ਹੁੰਦੀਆਂ ਰਹਿੰਦੀਆਂ ਨੇ ਸੋ ਉਹਦੇ ਬਾਰੇ ਮੈਂ ਵਿਧਾਨ ਸਭਾ 'ਚ ਵੀ ਗੱਲ ਕੀਤੀ ਹੈ ਅਤੇ ਸਾਰੇ ਸਾਡੇ ਅਫਸਰ ਸਾਹਿਬਾਨ ਖੜ੍ਹੇ ਆ ਉੱਥੋਂ ਡਾਇਰੈਕਸ਼ਨ ਵੀ ਆਈ ਹੈ ਅਸੀਂ 6 ਦੀ 1 ਤਾਂ ਆਹ ਪੁੱਲ ਅਤੇ 1 ਅੱਗੇ ਆ ਪੁੱਲ ਜਿਹੜਾ ਬੱਲੇ ਨੂੰ ਮੋੜ ਦੇ ਉੱਤੇ ਪੁੱਲ ਹੈ ਇਹ ਦੋਹੇ ਪੁੱਲਾਂ ਦਾ ਵੀ ਛੇਤੀ ਤੋਂ ਛੇਤੀ ਅਸੀਂ ਕਰਵਾ ਕੇ ਦੇਵਾਂਗੇ ਦੇਖੋ ਮੇਰੀ ਉੱਥੇ ਕਰਤਾਰਪੁਰ ਹਲਕੇ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਮੈਂ ਕਰੀਬ 6 ਦਿਨ ਉੱਥੇ ਲਾ ਕੇ ਪਰਸੋਂ ਰਾਤ ਨੂੰ ਆਇਆ ਅਤੇ ਅੱਜ ਫਿਰ ਉੱਥੇ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਇੱਕ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੇ ਪਿਛਲੇ 1 ਸਾਲ 'ਚ ਕੀਤੇ ਕੰਮ ਉਹ ਲੋਕ ਯਾਦ ਕਰ ਰਹੇ ਨੇ ਅਤੇ ਦੂਜਾ 4 ਸਾਲ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸੋ ਜਿਹੜਾ ਕੁਛ ਵੀ ਕਰਨਾ ਤਾਂ ਆਮ ਆਦਮੀ ਪਾਰਟੀ ਨੇ ਕਰਨਾ ਲੋਕਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਅਤੇ ਸਾਡੇ ਜਿਹੜੇ ਉੱਥੇ ਨੁਮਾਇੰਦੇ ਨੇ MLA ਨੇ ਉਹ ਲੋਕਾਂ ਦਾ ਸੇਵਾਦਾਰ ਬਣ ਕੇ ਕੰਮ ਕਰ ਰਹੇ ਨੇ ਉੱਥੇ ਮੈਂ ਵਿਚਰ ਕੇ ਦੇਖਿਆ ਅਤੇ ਲੋਕ ਤਾਂ ਇਸੇ ਚੀਜ਼ ਤੋਂ ਹੈਰਾਨ ਤੇ ਕਹਿੰਦੇ ਪਹਿਲਾਂ ਵਾਲੇ MLA ਤਾਂ ਸਾਡੇ ਵਿੱਚ ਆਏ ਹੀ ਨਹੀਂ ਕਦੇ ਜਿਹੜੇ ਕਾਂਗਰਸ ਦੇ MLA ਸੀ 4.5 ਸਾਲ ਤੱਕ ਨਹੀਂ ਵਿੱਚ ਆਉਂਦੇ ਸੀ ਇੱਕੋ ਹੀ ਪਰਿਵਾਰ ਦਾ ਦਬਦਬਾ ਰਿਹਾ ਉਹ ਮੈਨੂੰ ਉੱਥੇ ਪੱਤਰਕਾਰਾਂ ਨੇ ਪੁੱਛਿਆ ਵੀ ਕਹਿੰਦੇ ਜੀ ਇਹ 60 ਸਾਲ ਦਾ ਗੜ ਹੈ ਅਤੇ ਕਿਵੇਂ ਟੁੱਟੂਗਾ ਮੈਂ ਕਿਹਾ ਗੜ ਲੋਕ ਗੜ ਇਹ ਲੋਕਾਂ ਦਾ ਹੋਣੀ ਹੁੰਦਾ ਵੀ ਕੋਈ ਕਿਸੇ ਬੰਦੇ ਦਾ ਗੜ ਹੈ ਗੜ ਤਾਂ ਹੁੰਦਾ ਲੋਕਾਂ ਦਾ ਲੋਕ ਵੱਡੇ ਨੇ ਲੋਕਾਂ ਦੀ ਤਾਕਤ ਵੱਡੀ ਹੈ ਲੋਕ ਜਿਹਨੂੰ ਚਾਹੁਣ ਫਰਸ਼ ਤੋਂ ਚੱਕ ਕੇ ਅਰਸ਼ 'ਤੇ ਲੈ ਜਾਣ ਅਤੇ ਅਰਸ਼ ਤੋਂ ਚੱਕ ਕੇ ਫਰਸ਼ 'ਤੇ ਲਿਆ ਕੇ ਧਰ ਦੇਣ ਹੁਣ ਤੁਸੀਂ ਇੱਥੇ ਦੇਖ ਲਓ ਵੀ ਇੱਥੇ ਵੀ ਗੜ ਹੀ ਸੀ ਕਈ ਕਹਿੰਦੇ ਜੀ ਇੱਥੇ ਭੱਠਲ ਦਾ ਗੜ ਆ ਕੋਈ ਕਹਿੰਦੇ ਢੀਂਡਸਾ ਸਾਹਿਬ ਦਾ ਗੜ ਆ ਅਤੇ ਗੜ ਲੋਕਾਂ ਨੇ ਤੋੜਤੇ ਸਾਰੇ ਸੋ ਲੋਕ ਵੱਡੇ ਨੇ ਲੋਕਾਂ ਦੀ ਤਾਕਤ ਵੱਡੀ ਹੈ ਸੋ ਗੜ ਗੁੜ ਕੋਈ ਨਹੀਂ ਰਹਿਣੇ ਲੋਕਾਂ ਨੇ ਕੰਮ ਦੇਖਣੇ ਨੇ ਲੋਕਾਂ ਨੇ ਇਹ ਦੇਖਣਾ ਵੀ ਚੰਗੇ ਬੰਦੇ ਕੌਣ ਆ ਚੰਗੀ ਪਾਰਟੀ ਕੌਣ ਆ ਸੋ ਕੱਟੜ ਇਮਾਨਦਾਰ ਪਾਰਟੀ ਦੇ ਨਾਂ 'ਤੇ ਜਿਹੜੀ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਾ ਅਤੇ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ ਵੱਡੇ ਬਹੁਮਤ ਦੇ ਨਾਲ ਉੱਥੇ ਜਿਹੜੀ ਹੈ ਸਾਡਾ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਜਿੱਤੂਗਾ ਉੱਥੋਂ